शर्मा जी वोट पाउण वास्ते आए हो, किदां दे इंतजामां दी गल करिए जां होर किदां दे? हरेक पिंड मैंबर जो कि पिंड दे विकास हो सके। किदां दी उम्मीद रखदे नवे सरपंच तो नवे ही रखदे जी, पिंड दे ਭਲਾਈ ਲਈ ਕੰਮ ਕੀਤਾ ਜਾਵੇ, ਬਾਕੀ ਤਰੱਕੀ ਪਿੰਡ ਦੀ ਕੀਤੀ ਜਾਵੇ, ਜੋ ਵੀ ਕੋਈ ਮਸਲੇ ਹੁੰਦੇ ਪਿੰਡ ਦੇ ਵਿੱਚ ਸੁਲਝਾਏ ਜਾਣ। मतलब पानी जो भी सहूलत सारिया देनी चाहिए। पिछले जो पंज साल की गल करिए वधिया रहा जी, मीडिया का बहुत बहुत धन्यवाद करना चाहना जो साडे पिंड आए थे। मैं अपने महल्ले विचों सरबसंमति नाल मैंबर चुने गया जी। बहुत वधिया इंतजाम हो रहे ने, सरकार बहुत वधिया कर रही है, प्रशासन का बहुत सहयोग है, इस चीज का ਵਧੀਆ ਹੋ ਰਿਹਾ ਜੀ। ਕੀ ਵਿਕਾਸ ਜਿਹੜੇ ਪਹਿਲਾਂ ਨਹੀਂ ਹੋਏ ਹੁਣ ਹੋਣਗੇ? ਹਾਂ ਸਰ ਹੋਵਾਂ ਕਰਾਂਗੇ। ਕਿਹੜੇ ਵਿਕਾਸ ਜਿਹੜੇ ਪਹਿਲਾਂ ਨਹੀਂ ਹੋਏ? ਪਹਿਲਾਂ ਕੁਝ ਕੰਮ ਨਹੀਂ ਸੀ ਹੋਏ ਜੋ ਰਹਿ ਗਏ ਪੁਰਾਣੀਆਂ ਪੰਚਾਇਤਾਂ ਕਰਕੇ, ਹੁਣ ਜੋ ਸਾਰੀ ਨਵੀਂ ਜਨਰੇਸ਼ਨ ਆ, ਪੜ੍ਹੀ ਲਿਖੀ ਜਨਰੇਸ਼ਨ ਆ, ਵਧੀਆ ਕੰਮ ਕਰਾਂਗੇ ਸਾਰੇ। ਤੁਸੀਂ ਕਿਹੜੀ ਪਾਰਟੀ ਪਾਰਟੀ ਕੋਲੋਂ ਸਰ? ਮੈਂ ਆਜ਼ਾਦ ਕਰੀ ਆਜ਼ਾਦ ਉਮੀਦਵਾਰ ਸਰ, ਪੰਜ ਬਣ ਗਏ। ਹਾਂਜੀ ਸਰ, ਮੈਂ ਦੇਖ ਕੇ ਬਹੁਤ ਖੁਸ਼ ਹਾਂ ਕਿ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਸਵੇਰ ਤੋਂ ਹੀ ਲਾਈਨਾਂ ਲੱਗੀਆਂ ਨੇ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਬਹੁਤ ਵੱਡੀ ਗਿਣਤੀ ਵਿੱਚ ਲੋਕ ਆਏ ਨੇ ਤੇ ਟੋਟਲੀ ਪੀਸਫੁਲ ਆ। ਮੋਗੇ ਵਿੱਚ ਕੋਈ ਇੰਸੀਡੈਂਟ ਕਿਸੇ ਤਰ੍ਹਾਂ ਦਾ ਵੀ, ਕੋਈ ਵੀ ਗਲਤ ਅਨਸੁਖਾ ਵੀ ਕੋਈ ਘਟਨਾ ਨਹੀਂ ਹੋਈ ਹੈ, ਕਿਸੇ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ, ਸਾਰੀਆਂ ਤਿਆਰੀਆਂ ਬਿਲਕੁਲ ਸਹੀ ਚੱਲ ਰਹੀਆਂ। ਮੈਂ ਤੇ DSP ਸਾਹਿਬ ਨੇ ਅਸੀਂ ਐਨਾਲਿਸਿਸ ਕੀਤਾ ਸੀਗਾ ਇੱਕ ਬੈਠ ਕੇ, ਹਾਲਾਤਾਂ ਦੇ ਹਿਸਾਬ ਨਾਲ ਹਾਈਪਰ ਸੈਂਸਿਟਿਵ, ਸੈਂਸਿਟਿਵ ਤੇ ਨਾਰਮਲ ਦੇ ਹਿਸਾਬ ਨਾਲ ਅਸੀਂ ਵੰਡ ਲਿਆ ਬੂਥਾਂ ਨੂੰ। ਜਿਹੜੇ ਹਾਈਪਰ ਸੈਂਸਿਟਿਵ ਨੇ ਉੱਥੇ ਫੋਰਸ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਪਰ ਬੂਥ 8-8 ਬੰਦੇ ਲੱਗੇ ਨੇ, ਉਹਨਾਂ ਦਾ ਇੰਚਾਰਜ ਲੱਗਾ ਹੈ। ਜਿਹੜੇ ਸੈਂਸਿਟਿਵ ਨੇ ਉਹਨਾਂ 'ਤੇ ਵੀ ਘੱਟ ਤੋਂ ਘੱਟ 5 ਬੰਦੇ ਲੱਗੇ ਨੇ, ਅਤੇ ਜਿਹੜਾ ਨਾਰਮਲ ਬੂਥ ਹੈ ਉੱਥੇ 3-4 ਬੰਦੇ ਤਾਂ ਲੱਗੇ ਨੇ, ਅਤੇ ਉਸਦੇ ਇਲਾਵਾ ਰਿਜ਼ਰਵਸ ਬਹੁਤ ਨੇ। 15-15 ਰਿਜ਼ਰਵ ਹਰ ਪਿੰਡ ਵਿੱਚ ਰੱਖਿਆ ਹੋਇਆ ਜਿਹੜੇ ਸੈਂਸਿਟਿਵ ਨੇ, ਅਤੇ ਲੋੜ ਮੁਤਾਬਕ ਉਹਨਾਂ ਨੂੰ ਯੂਜ਼ ਕਰ ਲਿਆ ਜਾਏਗਾ। ਕਰਾਂਗਾ ਕਿ ਸਾਰੇ ਵੋਟਰ ਆਓ, ਆਪਣੀ ਵੋਟ ਪਾਓ, ਆਪਣੀ ਪਸੰਦ ਦੀ ਪੰਚਾਇਤ ਚੁਣੋ ਤਾਂ ਆਪਣੇ ਪਿੰਡ ਨੂੰ ਅੱਗੇ ਲੱਗੇ। ਕਿੱਥੇ ਡਿਊਟੀ ਲੱਗੀ ਹੈ ਜੀ? ਸਿੰਘਾਂ ਵਾਲੇ ਜੀ, ਸਾਡੇ ਕੋਲ 3 ਬੂਥ ਨੇ, 73-74 ਤੇ 75, 3 ਬੂਥਾਂ ਦੀ ਡਿਊਟੀ ਹੈ, ਟੋਟਲ 6 ਵਾਰਡ ਨੇ। ਬਹੁਤ ਵਧੀਆ ਸਿਸਟਮ ਚੱਲ ਰਿਹਾ ਜੀ, ਦੇਖੀ ਜਾਣੇ ਤੁਸੀਂ ਸਵੇਰ ਦੇ 8:30 ਹੈ, ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ, ਬਹੁਤ ਜ਼ਿਆਦਾ, ਕਿਉਂਕਿ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ ਇਹ ਪ੍ਰਧਾਨ ਮੰਤਰੀ ਦੀ ਇਲੈਕਸ਼ਨ ਦੇ ਬਰਾਬਰ ਹੁੰਦੀ ਹੈ ਜੀ। ਸਾਰਾ ਪਿੰਡਾਂ ਦਾ ਜ਼ੋਰ ਇਸ ਚੀਜ਼ 'ਤੇ ਲੱਗਦਾ ਹੈ, ਸਰਪੰਚੀ ਮੈਂਬਰੀ 'ਤੇ। ਇੱਥੇ ਪਤਾ ਲੱਗਦਾ ਵੀ ਕਿਹਨੇ ਕੀ ਕੀਤਾ, ਕਿਹਨੇ ਕੀ ਕੀਤਾ। ਜਿਹੜੀਆਂ ਦੂਜੀਆਂ ਇਲੈਕਸ਼ਨਾਂ ਉਹ ਤਾਂ ਹੁੰਦੀਆਂ ਰਹਿੰਦੀਆਂ, ਪਰ ਇਹ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ, ਬੜੇ ਪਿਆਰ ਨਾਲ ਲੋਕ ਵੋਟਾਂ ਪਾ ਰਹੇ ਹੈ। ਸਾਰਿਆਂ ਨੂੰ ਅਪੀਲ ਵੀ ਕਰਦੇ ਹਾਂ ਵੀ ਆਪਦਾ ਪਿਆਰ ਨਾ ਆਓ, ਪਿਆਰ ਨਾਲ ਰਹੋ, ਭਰਾਵਾਂ ਨੂੰ ਰਹਿਣਾ ਤੁਸੀਂ ਸਾਰਿਆਂ ਨੇ ਆਪਦੇ ਇੱਥੇ, ਕਿਉਂਕਿ ਪਿੰਡਾਂ ਦੇ ਵਿੱਚ ਹਮੇਸ਼ਾ ਭਾਈ ਬੰਦਾ ਬਣਾ ਕੇ ਰੱਖੋ, ਕਦੇ ਵੀ ਕੋਈ ਜੀਤ ਕਸਰਬਾਜ਼ੀ ਨਹੀਂ ਕਰਨੀ, ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ। ਗੱਲ ਕਰੀਏ ਤਾਂ ਇੰਤਜ਼ਾਮ ਕਿੱਦਾਂ ਦੇ? ਇੰਤਜ਼ਾਮ ਠੀਕ ਹੈ ਜੀ, ਵਧੀਆ। ਜੇ ਕੋਈ ਸਾਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਸੀ ਅਸੀਂ ਪਿੰਡਾਂ ਨੂੰ ਕਹਿਤਾ, ਉਹ ਸਾਡੀ ਸੋਲਵ ਹੋ ਗਈ ਸੀ ਜੀ।